ਜਾ ਕੇ ਇਹ ਗਾਣਾ ਆਪਾਂ ਪਹਿਲਾਂ ਸੁਣਨਾ, ਠੀਕ ਹੈ ਜੀ? ਆਓ ਜੀ। ਸੋ ਸਾਰੀ ਕਮੇਟੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। ਬਹੁਤ ਸਾਰੇ ਕਲਾਕਾਰ ਫਨਕਾਰ ਇੱਥੇ ਵਿਰਾਜਮਾਨ ਹੋਏ ਨੇ ਔਰ ਮੈਂ ਇਹਨਾਂ ਸਾਰਿਆਂ ਤੋਂ ਸਿੱਖ ਸਿੱਖ ਕੇ ਕੋਸ਼ਿਸ਼ ਕਰ ਰਹੀ ਹਾਂ ਅੱਗੇ ਵਧਣ ਦੀ। ਬਹੁਤ ਗੁਸਤਾਖੀਆਂ ਹੋ ਰਹੀਆਂ ਨੇ ਔਰ ਹਮੇਸ਼ਾ ਹੁੰਦੀਆਂ ਰਹਿਣੀਆਂ, ਹੁੰਦੀਆਂ ਆਈਆਂ, ਔਰ ਸਿੱਖ ਸਿੱਖ ਕੇ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਵੱਡੇ ਵੀਰ ਐਲੈਕਸ ਕੋਟੀ ਭਾਜੀ ਹੁਣੀ, ਸਵਰਗੀ ਉਸਤਾਦ ਸਾਬਰ ਕੋਟੀ ਸਾਹਿਬ ਉਹਨਾਂ ਦੇ ਵੱਡੇ ਸਪੁੱਤਰ, ਇੱਕ ਵਾਰੀ ਖੁੱਲ੍ਹ ਕੇ ਤਾੜੀ ਲਗਾ ਦਿਓ ਮੇਰੇ ਵੱਡੇ ਵੀਰ ਉਹਨਾਂ ਦੇ ਨਾਂ 'ਤੇ, ਔਰ ਵੱਡੇ ਵੀਰ ਬਲਰਾਜ ਜੀ ਹੁਣੀ ਵੀ, ਔਰ ਜਿੰਨੇ ਵੀ ਕਲਾਕਾਰ ਫਨਕਾਰ ਇੱਥੇ ਵਿਰਾਜਮਾਨ ਨੇ। ਸੋ ਗੁਸਤਾਖੀ ਮਾਫ਼ ਕਰਿਓ, ਤੁਹਾਡੀ ਬੱਚੀ ਆ, ਤੁਹਾਡੀ ਛੋਟੀ ਭੈਣ ਆ, ਔਰ ਬਿਲਕੁਲ ਬਾਪੂ ਜੀ ਸਾਡੇ ਹੰਸਰਾਜ ਹੰਸ ਜੀ ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹ ਮੇਲਾ ਬਹੁਤ ਖੁਸ਼ੀ ਦੇ ਨਾਲ ਜਿਹੜਾ ਆ ਇਹ ਮਨਾਇਆ ਜਾ ਰਿਹਾ। ਔਰ ਬਿਲਕੁਲ ਸਾਡੀ ਕੌਮ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਆ, ਸਭ ਤੋਂ ਖੁਸ਼ੀ ਦੀ ਗੱਲ ਆ, ਗਰਵ ਵਾਲੀ ਗੱਲ ਆ ਕਿ ਸਾਡੀ ਕੌਮ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਪਹਿਲਾ ਬੰਦਾ ਬਣਿਆ ਆ ਉਹ ਹੋਏ ਨੇ ਹੰਸਰਾਜ ਹੰਸ ਜੀ। ਇੱਕ ਵਾਰੀ ਖੁੱਲ੍ਹ ਕੇ ਤਾੜੀ ਲਗਾ ਦਿਓ ਉਹਨਾਂ ਦੇ ਨਾਲ, ਔਰ ਹਮੇਸ਼ਾ ਆਸ਼ੀਰਵਾਦ ਰਹਿੰਦਾ ਬਾਪੂ ਜੀ ਦਾ। ਸੌ ਜ਼ਿਆਦੀਆਂ ਗੱਲਾਂ ਨਾ ਕਰਦੀ ਹੋਈ, ਔਰ ਨਾਲ ਦੀ ਨਾਲ ਧੰਮੀ ਹੇਰਾਂ ਵਾਲੇ ਅੰਕਲ ਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਮੱਖਣ ਸ਼ੇਰਪੁਰੀ ਅੰਕਲ ਜੀ ਹੁਣੀ, ਇਹਨਾਂ ਦਾ ਵੀ ਹਮੇਸ਼ਾ ਆਪਣੀ ਬੱਚੀ ਦੇ ਸਿਰ 'ਤੇ ਆਸ਼ੀਰਵਾਦ ਰਹਿੰਦਾ, ਹਮੇਸ਼ਾ ਧੀਆਂ ਵਾਂਗੂ ਪੁੱਤਰਾਂ ਵਾਂਗੂ ਪਾਲਦੇ ਆਏ ਆ। ਸੋ ਬਹੁਤ ਬਹੁਤ ਥੈਂਕਸ ਕਰਦੀ ਹਾਂ ਸਾਰਿਆਂ ਦਾ। ਸੌ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਈ, ਜੇ ਸੌਂਗ ਤੋਂ ਗਿੰਨੀ ਮਾਹੀ ਦੀ ਪਹਿਚਾਣ ਬਣੀ ਆ, ਮੈਂ ਧੀ ਹਾਂ ਬਾਬਾ ਸਾਹਿਬ ਦੀ ਜਿਹਨਾਂ ਲਿਖਿਆ ਸੀ ਸੰਵਿਧਾਨ। ਸੋ ਤੁਸੀਂ ਸਾਰਿਆਂ ਨੇ ਅੱਜ ਤੱਕ ਮੇਰੇ ਹਰ ਇੱਕ ਗੀਤ ਨੂੰ ਬਹੁਤ ਪਿਆਰ ਦਿੱਤਾ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡਾ ਸਾਰਿਆਂ ਦਾ। ਸੌ ਉਹੀ ਗੀਤ ਆਪਾਂ ਤੁਹਾਡੇ ਨਜ਼ਰ ਕਰਦੇ ਹਾਂ। ਆਓ ਜੀ, 1 2 1 2 3
ਸਾਰਾ ਮਾਣ ਸਤਿਕਾਰ, ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ। ਇੱਕ ਵਾਰੀ ਖੁੱਲ੍ਹ ਕੇ ਤਾੜੀ ਲਗਾ ਦਿਓ ਆਪਣੇ ਆਪ ਦੇ ਨਾਂ 'ਤੇ ਔਰ ਉਸ ਮਹਾਨ ਪੁਰਸ਼ ਦੇ ਨਾਂ 'ਤੇ ਜਿਸ ਦੀ ਬਦੌਲਤ ਆਪਾਂ ਸਾਰੇ ਅੱਜ ਇਕੱਤਰਿਤ ਹੋ ਕੇ ਬਾਪੂ ਜੀ ਦਾ ਮੇਲਾ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਹਾਂ। ਔਰ ਉਹ ਮਹਾਨ ਪੁਰਸ਼ ਦਾ ਨਾਮ ਹੈ, ਉਸ ਮਹਾਨ ਪੁਰਸ਼ ਦਾ ਨਾਮ ਡਾਕਟਰ ਭੀਮ ਰਾਓ ਅੰਬੇਡਕਰ ਬਾਬਾ ਸਾਹਿਬ ਜੀ। ਇੱਕ ਵਾਰੀ ਖੁੱਲ੍ਹ ਕੇ ਤਾੜੀ ਲਗਾ ਦਿਓ ਬਾਬਾ ਸਾਹਿਬ ਜੀ ਉਹਨਾਂ ਦੇ ਨਾਂ 'ਤੇ। ਜੈ ਭੀਮ, ਜੈਕਾਰਾ ਬਾਪੂ ਲਾਲ ਪਾਤਸ਼ਾਹ ਜੀ ਦਾ ਬੋਲ ਸਾਚੇ ਦਰਬਾਰ ਕੀ। ਬਹੁਤ ਬਹੁਤ ਸ਼ੁਕਰੀਆ ਦਾ, ਇੰਨੀ ਖਾਸਰੀ ਕਬੂਲ ਕਰਨਾ। ਬਹੁਤ ਸਾਰੀਆਂ ਗੁਸਤਾਖੀਆਂ ਹੋਈਆਂ ਹੋਣਗੀਆਂ, ਮਾਫ਼ ਕਰਿਓ। ਬਹੁਤ ਬਹੁਤ ਸ਼ੁਕਰੀਆ।